ਸਤਿ ਸ਼੍ਰੀ ਅਕਾਲ ਜਗਬਾਣੀ ਟੀ ਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਪੰਜਾਬ ਦੀਆਂ 2017 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ। ਇੱਕ ਪਾਸੇ ਅਕਾਲੀ ਦਲ ਇਸ ਵਾਰ ਤੀਜੀ ਵਾਰ ਵੀ ਇਤਿਹਾਸ ਰਚਨ ਦਾ ਦਾਅਵਾ ਕਰ ਰਿਹਾ, ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ CM ਬਣਨ ਦਾ ਸੁਪਨਾ ਸੰਜੋਈ ਬੈਠੇ ਨੇ, ਅਤੇ ਤੀਜੇ ਪਾਸੇ ਤੀਸਰੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਜਿਹੜੀ ਕਿ ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਦੀਆਂ ਉਮੀਦਾਂ 'ਤੇ ਝਾੜੂ ਫੇਰਨ ਦਾ ਦਾਅਵਾ ਕਰ ਰਹੀ ਹੈ। ਪਰ ਪੰਜਾਬ ਦੀ ਜ਼ਮੀਨੀ ਹਕੀਕਤ ਕੀ ਹੈ, ਇਸ ਵਿਸ਼ੇ 'ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਫਿਰੋਜ਼ਪੁਰ ਤੋਂ ਸਾਬਕਾ MP ਮਰਹੂਮ ਜੋਰਾ ਸਿੰਘ ਮਾਨ ਦੇ ਬੇਟੇ ਅਤੇ ਗੁਰੂ ਹਰ ਸਹਾਏ ਹਲਕੇ ਤੋਂ ਅਕਾਲੀ ਦਲ ਦੇ ਇੰਚਾਰਜ ਵਰਦੇਵ ਸਿੰਘ ਨੋਨੀਮਾਨ ਮੌਜੂਦ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਸਵਾਗਤ ਤੁਹਾਡਾ ਜਗਬਾਣੀ TV 'ਤੇ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਜ਼ਮੀਨੀ ਹਕੀਕਤ ਕੀ ਨਜ਼ਰ ਆਉਂਦੀ ਹੈ? ਆਮ ਤੌਰ 'ਤੇ ਜੇ ਚਰਚਾ ਦੀ ਗੱਲ ਕਰੀਏ, ਸਿਆਸੀ ਪੰਡਤਾਂ ਦੀ ਗੱਲ ਕਰੀਏ, ਤਾਂ ਆਮ ਆਦਮੀ ਪਾਰਟੀ ਦੀ ਹਵਾ ਨੂੰ ਲੈ ਕੇ ਬੜਾ ਜ਼ੋਰ ਹੈ। ਜਿੱਥੋਂ ਤੀਕਰ ਹਲਕਾ ਗੁਰੂ ਸਾਹਿਬ ਦਾ ਸਵਾਲ ਹੈ, ਹਲਕਾ ਗੁਰੂ ਸਾਹਿਬ ਦੇ ਵਿੱਚ ਪਿਛਲੇ 5 ਸਾਲਾਂ ਤੋਂ ਲਗਾਤਾਰ ਅਸੀਂ ਸੇਵਾ ਕੀਤੀ ਹੈ। ਹਲਕੇ ਦੇ ਵਿੱਚ 300 ਕਰੋੜ ਰੁਪਈਏ ਦੇ ਕਰੀਬ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਖਰਚ ਕੀਤਾ ਹੈ। ਹਲਕੇ ਦੀ ਜਿਹੜੀ ਨੁਹਾਰ ਬਦਲ ਕੇ ਰੱਖ ਦਿੱਤੀ ਅਸੀਂ 3 ਸਾਲਾਂ ਦੇ ਵਿੱਚ, ਅਤੇ ਅਸੀਂ ਕੀਤੇ ਹੋਏ ਵਿਕਾਸ ਕੰਮਾਂ ਦੇ ਆਧਾਰ 'ਤੇ ਉੱਥੇ ਇਲੈਕਸ਼ਨ ਲੜ ਰਹੇ ਹਾਂ, ਅਤੇ ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ। ਆਮ ਆਦਮੀ ਦਾ ਉੱਥੇ ਜਿਹੜੀ ਜ਼ਮਾਨਤ ਜ਼ਬਤ ਹੋ ਜਾਣੀ ਉੱਥੇ ਸਾਡੀ। ਮਾਨ ਸਾਹਿਬ, ਤੁਹਾਡਾ ਮੁਕਾਬਲਾ ਕਿਸ ਨਾਲ ਉੱਥੇ? ਮੈਂ ਸਮਝਦਾ ਵੀ ਜਿਸ ਤਰ੍ਹਾਂ ਅਸੀਂ ਕੰਮ ਕੀਤੇ ਹੈ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ BJP ਦੀ ਸਰਕਾਰ ਨੇ ਲੋਕਾਂ ਦੀ ਸੇਵਾ ਕੀਤੀ ਹੈ, ਸਾਡਾ ਮੁਕਾਬਲਾ ਕਿਸੇ ਨਾਲ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਹੜੇ ਦੂਜੀ ਅਤੇ ਤੀਜੀ ਪੁਜੀਸ਼ਨ ਲਈ ਲੜਨਗੀਆਂ ਉੱਥੇ। ਪਰ ਜੇਕਰ ਰਾਣਾ ਗੁਰਮੀਤ ਸਿੰਘ ਸੋਢੀ ਦੀ ਟਰਮ ਨੂੰ ਯਾਦ ਕਰੀਏ ਤਾਂ ਉਹ ਆਪਣੇ ਵਿਕਾਸ ਦਾ ਦਾਅਵਾ ਕਰਦੇ ਨੇ, ਉਹਨਾਂ ਦਾ ਕਹਿਣਾ ਕਿ ਜਦੋਂ ਮੈਂ MLA ਬਣਿਆ ਸੀ ਤਸਵੀਰ ਹੀ ਉਦੋਂ ਬਦਲੀ, ਤਾਂ ਉਹਨਾਂ ਨਾਲੋਂ ਤੁਸੀਂ ਵੱਖਰਾ ਕੀ ਕੀਤਾ ਕਿ ਲੋਕ ਤੁਹਾਨੂੰ ਇਸ ਵਾਰ ਵੋਟ ਪਾਉਣਗੇ? ਮੈਂ ਪਿਛਲੇ 5 ਸਾਲਾਂ ਦੇ ਵਿੱਚ 173 ਕਿਲੋਮੀਟਰ ਨਵੀਂ ਸੜਕ ਬਣਾਈ ਹੈ ਲਿੰਕ ਰੋਡਸ ਪਿੰਡਾਂ ਦੇ ਵਿੱਚ, ਜਿਹੜੀਆਂ 200 ਕਿਲੋਮੀਟਰ ਢਾਣੀਆਂ ਨੂੰ ਅਸੀਂ ਰਸਤੇ ਪੱਕੇ ਕੀਤੇ, ਇੱਟਾਂ ਲਾ ਕੇ, ਖੜਵੰਜੇ ਲਾ ਕੇ ਜੀ। 15 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਸਕੂਲਾਂ ਦੀ ਨੁਹਾਰ ਬਦਲੀ ਹੈ ਜੀ, ਅਤੇ 70 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਪਿੰਡਾਂ ਦੇ ਵਿੱਚ ਕੰਕਰੀਟ ਦੀਆਂ ਗਲੀਆਂ ਬਣਾਈਆਂ, ਸ਼ਹਿਰੀ ਤਰਜ ਦੇ ਉੱਤੇ ਪਿੰਡਾਂ ਨੂੰ ਜਿਹੜਾ ਵਿਕਸਿਤ ਕੀਤਾ ਜਾ ਰਿਹਾ ਜੀ। 10 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ RO ਸਿਸਟਮ ਲਾਏ ਆ, ਵਾਟਰ ਵਰਕਸ ਜਿਹੜੇ ਨਵੇਂ ਬਣਾਏ ਆ, ਨਵੀਆਂ ਸਕੀਮਾਂ ਲਿਆ ਕੇ ਪਿੰਡਾਂ ਦੇ ਵਿੱਚ ਸਾਫ਼ ਸੁਥਰਾ ਪਾਣੀ ਦੇਣ ਵਾਸਤੇ ਅਸੀਂ ਪ੍ਰਬੰਧ ਕੀਤਾ ਜਿਹੜਾ ਉੱਥੇ। ਹੋਰ ਬਹੁਤ ਸਾਰੇ ਕੰਮ ਹੋਏ ਹਲਕੇ ਦੇ ਵਿੱਚ, ਜਿਹੜੇ ਤੁਸੀਂ ਸਾਡੇ ਹਲਕੇ ਦੇ ਵਿੱਚ ਜਾ ਕੇ ਦੇਖੋ, ਪਿੰਡਾਂ ਦਾ ਜਿਹੜਾ ਨੁਹਾਰ ਬਦਲੀ ਪਈ, ਵਾਕਈ ਸ਼ਹਿਰੀ ਤਰਜ ਦੇ ਉੱਤੇ ਪਿੰਡਾਂ ਦਾ ਜਿਹੜਾ ਵਿਕਸਿਤ ਕੀਤਾ ਗਿਆ ਪਿੰਡਾਂ ਨੂੰ ਉੱਥੇ। ਵਿਕਾਸ ਦੀ ਗੱਲ ਤਾਂ ਤੁਸੀਂ ਠੀਕ ਹੈ ਮੰਨ ਲੈਂਦੇ ਹਾਂ, ਤੁਸੀਂ ਕਿਹਾ ਕਿ ਅਸੀਂ ਹਲਕੇ 'ਚ ਵਿਕਾਸ ਬਹੁਤ ਕੀਤਾ, ਪਰ ਕਾਂਗਰਸ ਔਰ ਆਮ ਆਦਮੀ ਪਾਰਟੀ ਤੁਹਾਡੇ 'ਤੇ ਇਲਜ਼ਾਮ ਲਗਾਉਂਦੀ ਹੈ ਕਿ ਜਿਹੜੀ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਔਰ ਖਾਸ ਤੌਰ 'ਤੇ ਜਿਹੜਾ ਰੇਤਾ ਬਜਰੀ ਦਾ ਮੁੱਦਾ, ਉਹ ਤੁਹਾਡੇ ਨਾਲ ਕਿਤੇ ਨਾ ਕਿਤੇ ਆ ਕੇ ਜੁੜਦਾ ਹੈ, ਇਹ ਮੁੱਦੇ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਨੂੰ ਪ੍ਰਭਾਵਿਤ ਕਰਨਗੇ? ਜਿੱਥੋਂ ਤੀਕਰ ਧੱਕੇਸ਼ਾਹੀ ਦਾ ਸਵਾਲ ਹੈ, ਮੈਂ ਚੈਲੇਂਜ ਕਰਦਾ ਆਮ ਆਦਮੀ ਵਾਲਿਆਂ ਨੂੰ, ਕਾਂਗਰਸ ਵਾਲਿਆਂ ਨੂੰ, ਇੱਕ ਵੀ ਕਿਤੇ ਧੱਕਾਸ਼ਾਹੀ ਸਾਬਤ ਕਰ ਦੇਣ ਕਿਤੇ ਉਹ, ਇੱਕ ਵੀ ਕਹਿ ਦੇਣ ਕਿਸੇ 'ਤੇ ਗਲਤ ਪਰਚਾ ਹੋਇਆ ਹੋਵੇ, ਕਿਸੇ ਨਾਲ ਨਜਾਇਜ਼ ਹੋਈ ਹੋਵੇ, ਕਿਸੇ ਦੀ ਪ੍ਰੋਪਰਟੀ 'ਤੇ ਨਜਾਇਜ਼ ਕਬਜ਼ਾ ਹੋਇਆ ਹੋਵੇ। 5 ਸਾਲਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਅਸੀਂ ਕਿ ਸਾਫ਼ ਸੁਥਰਾ ਜਿਹੜਾ ਪ੍ਰਸ਼ਾਸਨ ਲੋਕਾਂ ਨੂੰ ਦਿੱਤਾ ਜਾਵੇ, ਅਤੇ ਲੋਕ ਉੱਥੋਂ ਦੇ ਬਹੁਤ ਖੁਸ਼ ਹੈ। ਜਿੱਥੋਂ ਤੀਕਰ ਰੇਤੇ ਬਜਰੀ ਦਾ ਸਵਾਲ ਹੈ, ਇਲਜ਼ਾਮ ਲਾਉਣ ਨੂੰ ਤਾਂ ਕੁਛ ਵੀ ਲਾ ਸਕਦੇ, ਉਹਨਾਂ ਦਾ ਮੂੰਹ ਆ, ਕੁਛ ਵੀ ਕਹਿ ਸਕਦੇ ਹੈ, ਪਰ ਮੇਰੇ ਪਰਿਵਾਰ ਦਾ, ਮੇਰਾ ਜਾਂ ਕਿਸੇ ਮੇਰੇ ਰਿਸ਼ਤੇਦਾਰ ਦਾ ਉਹਦੇ ਵਿੱਚ ਕਿਤੇ ਨਾ ਹੋਵੇ ਤਾਂ ਮੈਂ ਦੇਣਦਾਰ ਹੈ। ਝੂਠੇ ਇਲਜ਼ਾਮ ਲਾਉਣ ਦੀ ਉਹਨਾਂ ਨੂੰ ਆਦਤ ਹੈ, ਝੂਠੇ ਇਲਜ਼ਾਮ ਲਾ ਰਹੇ, ਇਲੈਕਸ਼ਨ ਦਾ ਟਾਈਮ ਹੈ, ਇਲੈਕਸ਼ਨ ਦੇ ਟਾਈਮ ਕਰਕੇ ਇਲਜ਼ਾਮਬਾਜ਼ੀ ਕਰ ਰਹੇ ਹੋ। ਮਾਨ ਸਾਹਿਬ, ਤੁਸੀਂ ਕਹਿੰਦੇ ਹੋ ਕਿ ਤੁਹਾਡੀ ਪਾਰਟੀ ਨੇ ਵਿਕਾਸ ਕੀਤਾ, ਪਰ ਕਿਤੇ ਨਾ ਕਿਤੇ ਜਿਹੜੇ ਪੋਲੀਟੀਕਲ ਐਕਸਪਰਟ ਹੈਗੇ ਨੇ ਉਹ ਕਹਿੰਦੇ ਕਿ 10 ਸਾਲ ਦਾ ਐਂਟੀ ਇਨਕੰਬੈਂਸੀ ਬਣ ਗਿਆ ਲੋਕਾਂ ਦੇ ਵਿੱਚ, ਤਾਂ ਅਜਿਹੇ ਕੀ ਕਾਰਨ ਹੈ ਕਿ ਲੋਕ ਤੁਹਾਨੂੰ ਵੋਟ ਪਾਉਣ ਔਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੋਟ ਨਾ ਕਰਨ? ਜਿੱਥੋਂ ਤੀਕਰ ਸਾਡੀ ਪਾਰਟੀ ਦਾ ਸਵਾਲ ਹੈ, ਸਾਡੀ ਸਰਕਾਰ ਦਾ ਸਵਾਲ ਹੈ, 10 ਸਾਲਾਂ ਤੋਂ ਲਗਾਤਾਰ ਅਸੀਂ ਲੋਕਾਂ ਦੀ ਸੇਵਾ ਕੀਤੀ ਹੈ ਜੀ। ਪਿਛਲੀ ਵਾਰ ਵੀ ਜਦੋਂ 2012 ਦੇ ਵਿੱਚ ਇਲੈਕਸ਼ਨ ਹੋਇਆ ਸੀਗਾ, ਉਦੋਂ ਵੀ ਸਾਰੇ ਮੀਡੀਆ ਦੇ ਵਿੱਚ ਚਰਚਾ ਸੀਗੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਅਤੇ BJP ਨੇ ਆਪਦੀ ਕੀਤੀ ਹੋਈ ਸੇਵਾ ਦੇ ਦਮ 'ਤੇ ਦੁਬਾਰਾ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਦੁਬਾਰਾ ਸੇਵਾ ਦਿੱਤੀ ਸੀ ਜੀ। ਹੁਣ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਜਿਹੜੀ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਅਸੀਂ, ਔਰ ਪੰਜਾਬ ਜਿਹੜਾ ਵਿਕਾਸ ਬਹੁਤ ਜ਼ਿਆਦਾ ਹੋਇਆ ਸਮੁੱਚੇ ਪੰਜਾਬ ਦੇ ਵਿੱਚ, ਜਿਹੜੀਆਂ ਪੰਜਾਬ ਦੀਆਂ ਵੱਡੀ ਮੁਸ਼ਕਲਾਂ ਸੀ, ਜਿਵੇਂ ਪਾਵਰ ਸਰਪਲਸ ਹੋ ਗਿਆ ਪੰਜਾਬ, ਹੁਣ ਰੋਡ ਨੈੱਟਵਰਕ ਪੰਜਾਬ ਦਾ ਇੰਡੀਆ ਦੇ ਵਿੱਚੋਂ ਨੰਬਰ 1 ਹੋ ਗਿਆ, ਇਸ ਕਰਕੇ ਅਸੀਂ ਹੁਣ ਵੱਡੀ ਲੀਡ ਨਾਲ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਸੀਟਾਂ ਜਿੱਤ ਕੇ ਅਸੀਂ ਸਰਕਾਰ ਬਣਾਵਾਂਗੇ। ਜਿੱਥੋਂ ਤੀਕਰ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਸੋਢੀ ਦਾ ਸਵਾਲ ਹੈ, ਰਾਣਾ ਸੋਢੀ ਦਾ PA ਅੰਮ੍ਰਿਤਪਾਲ ਸਿੰਘ ਅਤੇ ਇੱਕ ਪਿੱਪਲ ਸਿੰਘ ਜਿਹੜਾ ਉਹਦਾ ਸਹਿਯੋਗੀ ਹੈ,
ਉਹਨਾਂ ਦੋਵਾਂ ਨੇ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ, ਈਵਨ ਕਿ ਪੂਰੇ ਪੰਜਾਬ ਦੇ ਵਿੱਚ 5,000 ਕਰੋੜ ਰੁਪਏ ਦਾ ਸਕੈਮ ਕੀਤਾ, ਲੋਕਾਂ ਨਾਲ ਠੱਗੀ ਮਾਰੀ ਉਹਨਾਂ ਨੇ ਜੀ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਜਿਹੜੀ ਉਹਨਾਂ ਨੇ ਲੋਕਾਂ ਤੋਂ ਲੁੱਟੀ ਹੈ। ਪਰ ਪੀਏ ਕੀ ਕਰ ਰਿਹਾ ਮਾਨ ਸਾਹਿਬ, ਉਹਦੇ ਨਾਲ ਰਾਣਾ ਸੋਢੀ ਦਾ ਤਾਂ ਕੋਈ ਤਾਲੁਕ ਨਹੀਂ ਹੋ ਸਕਦਾ। ਰਾਣਾ ਸੋਢੀ ਦਾ ਜਿਹੜਾ ਉਹ ਅੱਜ ਵੀ ਰਾਣਾ ਸੋਢੀ ਦੇ ਕੋਠੀ ਦੇ ਵਿੱਚ ਇੰਚਾਰਜ ਆ ਉਹ ਪੀਏ, ਅਤੇ ਲੋਕ ਉਹਦੇ ਮਗਰ ਮਗਰ ਫਿਰਦੇ ਆ। ਪਿੱਪਲ ਸਿੰਘ ਅੰਦਰ ਹੈ, ਪਿੱਪਲ ਸਿੰਘ ਦੀਆਂ ਅਤੇ ਰਾਣੇ ਸੋਢੀ ਦੀਆਂ ਅਤੇ ਅੰਮ੍ਰਿਤਪਾਲ ਦੀਆਂ ਸਾਰਿਆਂ ਦੀਆਂ ਫੋਟੋ ਜਿਹੜੀਆਂ ਜੱਗ ਜ਼ਾਹਰ ਹੋ ਚੁੱਕੀਆਂ ਸਾਰਿਆਂ ਇਕੱਠਿਆਂ ਦੀਆਂ, ਅਤੇ ਰਾਣੇ ਸੋਢੀ ਦਾ ਵੀ ਉਸ ਸਕੈਮ ਦੇ ਵਿੱਚ ਵੱਡਾ ਹਿੱਸਾ ਹੈ। ਰਾਣੇ ਸੋਢੀ ਦੀ ਸਰਪ੍ਰਸਤੀ ਕਰਕੇ ਹੀ ਹੈ ਵੀ ਲੋਕਾਂ ਨੂੰ ਜਿਹੜਾ ਇਨਸਾਫ਼ ਨਹੀਂ ਮਿਲ ਰਿਹਾ ਗਾ, ਇਹ ਆਪਦਾ ਜਿਹੜਾ ਪਾਵਰ ਦਾ ਮਿਸਯੂਜ਼ ਕਰਕੇ ਇਹ ਉਹਨਾਂ ਦੇ ਇਨਸਾਫ਼ ਦੇ ਵਿੱਚ ਅੜਿੱਕਾ ਬਣ ਰਿਹਾ ਹੈ। ਪਰ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਲੈਵਲ ਦੇ ਜਿਹੜੇ ਮੁੱਦੇ, ਬੇਸ਼ੱਕ ਗੁਰੂ ਸਾਹਿਬ ਨਾਲ ਮੁੱਦੇ ਉਹ ਸੰਬੰਧ ਨਹੀਂ ਰੱਖਦੇ, ਪਰ ਜਿਹੜੀਆਂ ਪੰਜਾਬ ਲੈਵਲ 'ਤੇ ਘਟਨਾਵਾਂ ਹੋਈਆਂ, ਨਸ਼ਿਆਂ ਦਾ ਮੁੱਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਚਾਹੇ ਰੇਤ ਮਾਫੀਆ ਦਾ ਮੁੱਦਾ, ਇਹ ਸਾਰੇ ਮੁੱਦੇ ਤੁਹਾਨੂੰ ਵੀ ਇਫੈਕਟ ਕਰ ਸਕਦੇ ਆ। ਜਿੱਥੋਂ ਤੱਕ ਨਸ਼ਿਆਂ ਦਾ ਮੁੱਦਾ ਹੈ, ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਨਾਂ ਦੀ ਕੋਈ ਚੀਜ਼ ਨਹੀਂ ਗੀ। ਪੰਜਾਬ ਜਿਹੜਾ ਸ਼ੁਰੂ ਤੋਂ ਹੀ ਟ੍ਰਾਂਜ਼ਿਟ ਰੂਟ ਰਿਹਾ, ਜਿਉਂ ਪੰਜਾਬ ਦੇ ਤੁਸੀਂ ਪਿਛਲਾ ਇਤਿਹਾਸ ਪੜ੍ਹ ਲਓ, ਜਿੰਨੇ ਵੀ ਭਾਰਤ ਦੇ ਉੱਤੇ ਹਮਲੇ ਹੋਏ ਹੈ ਉਹ ਪੰਜਾਬ ਦੇ ਰਸਤੇ ਤੋਂ ਹੋਏ ਹੈ, ਦਰਾ ਖੈਬਰ ਦੇ ਰਸਤੇ ਤੋਂ ਹੋਏ ਹੈ ਜੀ। ਸੇਮ ਪੁਜੀਸ਼ਨ ਹੈ, ਪੰਜਾਬ ਇੱਕ ਟ੍ਰਾਂਜ਼ਿਟ ਰੂਟ ਹੈ ਨਸ਼ਿਆਂ ਦਾ, ਇੱਥੋਂ ਨਸ਼ਾ ਇੱਥੋਂ ਦੀ ਹੋ ਕੇ ਅੱਗੇ ਜਾਂਦਾ। ਜਿੰਨਾ ਵੀ ਪੰਜਾਬ ਦੇ ਵਿੱਚੋਂ ਨਸ਼ਾ ਆਇਆ, ਕੁਛ BSF ਨੇ ਫੜਿਆ, ਅਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਨੇ ਵਧੀਆ ਕਾਰਜਕਾਰੀ ਦਿਖਾਉਂਦਿਆਂ ਹੋਇਆਂ ਉਹਦੀ ਬਰਾਮਦਗੀ ਕੀਤੀ ਹੈ। ਪਰ ਪੰਜਾਬ ਦੇ ਲੋਕ ਜਿਹੜੇ ਨਸ਼ੇ ਦੇ ਆਦੀ ਨੇਗੇ, ਹੁਣ ਪੁਲਿਸ ਦੀ ਅਤੇ ਫੌਜ ਦੀ ਭਰਤੀ ਹੋਈ ਹੈ, ਤੁਸੀਂ ਦੇਖਿਓ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਡੋਪ ਟੈਸਟ ਹੋਏ ਹੈ। less than 1% ਜਿਹੜਾ ਉਹਨਾਂ ਦਾ ਪੋਜ਼ਿਟਿਵ ਪਾਇਆ ਗਿਆ, ਜਿਹੜਾ ਕੋਈ ਮਾਇਨੇ ਨਹੀਂ ਰੱਖਦਾ ਗਾ, ਉਹ ਕੋਈ ਮੈਡੀਸਨ ਹੀ ਕੋਈ ਆਇਆ, ਕੋਈ ਕਿਸ ਤਰ੍ਹਾਂ ਆਇਆ। ਪੰਜਾਬ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਮੁੱਦੇ ਇਹ ਉਠਾਏ ਜਾ ਰਹੇ ਆ, ਚਾਹੀਦਾ ਇਹ ਸੀਗਾ ਕਿ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਸ਼ਾਬਾਸ਼ ਮਿਲਣੀ ਚਾਹੀਦੀ ਸੀਗੀ ਕਿ ਇਹਨਾਂ ਨੇ ਇੱਥੇ ਵੱਡੀ ਬਰਾਮਦਗੀ ਕਰਕੇ ਦੇਸ਼ ਨੂੰ ਬਚਾਇਆ, ਦੂਸਰੇ ਕੰਟਰੀਜ਼ ਨੂੰ ਬਚਾਇਆ। ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮੁੱਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਪੰਜਾਬ ਹੈ ਜਿਹੜਾ, ਪੰਜਾਬ ਦਾ ਮਾਹੌਲ ਹੈ, ਪਿਛਲੇ 10 ਸਾਲਾਂ ਤੋਂ ਭਾਈਚਾਰਕ ਸਾਂਝ ਇੱਥੇ ਬਣੀ ਹੋਈ ਹੈ, ਸ਼ਾਂਤਮਈ ਮਾਹੌਲ ਹੈ। ਸ਼ਰਾਰਤੀ ਅਨਸਰ ਹੈ ਜਿਹੜੇ ਇਸ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ, ਸ਼ਰਾਰਤੀ ਅਨਸਰਾਂ ਨੇ ਜਿਹੜਾ ਇਸ ਮਾਹੌਲ ਨੂੰ ਖਰਾਬ ਕਰਨ ਵਾਸਤੇ ਸਾਜਿਸ਼ ਰਚੀ ਸੀਗੀ, ਪਰ ਪੰਜਾਬ ਦੇ ਲੋਕਾਂ ਨੇ ਬੜੀ ਸੂਝਬੂਝ ਤੋਂ ਕੰਮ ਲੈਂਦੇ ਆ, ਇਹਨੂੰ ਜਿਹੜਾ ਨਾਕਾਮ ਕਰ ਦਿੱਤਾ। ਔਰ ਪੰਜਾਬ ਦੇ ਜਿਹੜੇ ਮਾਣਯੋਗ ਮੁੱਖ ਮੰਤਰੀ ਹੈ, ਉਹਨਾਂ ਨੇ ਬੜੀ ਦੂਰ ਅੰਦੇਸ਼ੀ ਸੋਚ ਨਾਲ ਜਿਹੜਾ ਇਹਨੂੰ ਹੈਂਡਲ ਕੀਤਾ ਹੈ। ਪਰ ਇੱਦਾਂ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਨੇ ਕਿ ਲੋਕਾਂ ਦਾ ਵਿਦਰੋਹ ਸਾਹਮਣੇ? ਬੇਸ਼ੱਕ ਘਟਨਾ ਬਹੁਤ ਨਿੰਦਣਯੋਗ ਹੈ ਕਿ CM ਸਾਹਿਬ 'ਤੇ ਕਿਸੇ ਨੇ ਜੁੱਤੀ ਸੁੱਟੀ ਆ, ਤੁਸੀਂ ਇਸ ਘਟਨਾ ਨੂੰ ਕਿਸ ਤਰ੍ਹਾਂ ਵੇਖਦੇ ਹੋ? ਬਹੁਤ ਹੀ ਮੰਦਭਾਗੀ ਘਟਨਾ ਹੈ, ਪਰ ਤੁਹਾਡੇ ਹੀ ਹਲਕੇ ਦੇ ਨਾਲ ਜਲਾਲਾਬਾਦ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਜਿਹੜਾ ਉਹ ਹਮਲਾ, ਮੰਦਭਾਗੀ ਘਟਨਾ ਹੈ ਜਿਹੜੀ ਇਹ, ਮੈਂ ਇਹਦੀ ਪੂਰੇ ਜ਼ੋਰਦਾਰ ਸ਼ਬਦਾਂ ਨਾਲ ਨਿੰਦਾ ਕਰਦਾ। ਇਹ ਜਿਹੜਾ ਆਪੋਜੀਸ਼ਨ ਪਾਰਟੀਆਂ ਦੀਆਂ ਜਿਹੜੀਆਂ ਹੈਗੀਆਂ ਬੁਖਲਾਟ ਦਾ ਨਤੀਜਾ ਹੈ, ਉਹ ਆਪਣੀ ਹਾਰ ਨੂੰ ਦੇਖਦਿਆਂ ਹੋਇਆਂ ਘਿਨਾਉਣੇ ਹਰਕਤਾਂ ਦੇ ਉੱਤੇ ਉਤਰੇ ਹੋਏ ਹੈ। ਜਿੱਥੋਂ ਤੱਕ ਜਲਾਲਾਬਾਦ ਦਾ ਮੁੱਦਾ ਜਿਹੜਾ ਉਹ ਪਿੰਡ ਦੇ 2 ਗਰੁੱਪਾਂ ਦਾ ਮਸਲਾ ਸੀ, ਨਾ ਕਿ ਉਹਨਾਂ ਨੇ ਡਿਪਟੀ CM ਦੇ ਕਾਫਲੇ 'ਤੇ ਪਥਰਾਅ ਕੀਤਾ ਸੀ। ਉਹ ਪਿੰਡ ਦਾ ਜਿੱਤਿਆ ਹੋਇਆ ਅਤੇ ਹਾਰਿਆ ਹੋਇਆ ਸਰਪੰਚ ਆਪਸ ਵਿੱਚ ਝਗੜੇ ਸੀਗੇ, ਉਹਦੇ 'ਚ ਉੱਥੇ ਪੁਲਿਸ ਦੇ ਗੱਡੀਆਂ ਵਿੱਚ ਜਾਂ ਕੋਈ ਸਿਵਲ ਦੀਆਂ ਗੱਡੀਆਂ ਆ ਗਈਆਂ, ਡਿਪਟੀ CM ਦੇ ਕਾਫਲੇ ਦੇ ਉੱਤੇ ਕਿਸੇ ਨੇ ਪਥਰਾਅ ਨਹੀਂ ਕੀਤਾ ਉੱਥੇ। ਪਰ ਮਾਨ ਸਾਹਿਬ, ਗੁਰੂ ਸਾਹਿਬ ਸ਼ਹਿਰ ਦੀ ਗੱਲ ਕਰੀਏ, ਉਹਦੀ ਤਸਵੀਰ ਬਹੁਤ ਹੀ ਬਦਲ ਨਹੀਂ ਸਕੀ। ਬਾਈਪਾਸ ਦਾ ਮੁੱਦਾ ਹੋਵੇ, ਸੀਵਰੇਜ ਦਾ ਮੁੱਦਾ ਹੋਵੇ, ਸੜਕਾਂ ਦਾ ਮੁੱਦਾ ਹੋਵੇ, ਤਾਂ ਉੱਥੇ ਵਿਕਾਸ ਕਿਉਂ ਨਹੀਂ ਨਜ਼ਰ ਆ ਰਿਹਾ? ਜਿੱਥੋਂ ਤੱਕ ਗੁਰੂ ਸਾਹਿਬ ਸ਼ਹਿਰ ਦਾ ਸਵਾਲ ਹੈ, 75 ਕਰੋੜ ਰੁਪਏ ਦਾ ਪ੍ਰੋਜੈਕਟ ਗੁਰੂ ਸਾਹਿਬ ਸ਼ਹਿਰ ਦੇ ਵਿੱਚ ਚੱਲ ਰਿਹਾ। 100% ਵਾਟਰ ਸਪਲਾਈ, 100% ਸੀਵਰੇਜ, 100% ਸਟਰੀਟ ਲਾਈਟ, ਸਟਰੀਟਸ ਬਣਾ ਕੇ ਅਸੀਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਸ਼ਹਿਰ ਨੂੰ ਅਸੀਂ ਨਮੂਨੇ ਦਾ ਸ਼ਹਿਰ ਬਣਾ ਦਿਆਂਗੇ। ਥੋੜ੍ਹਾ ਜਿਹਾ ਸਾਡਾ ਕੰਮ ਲੇਟ ਜ਼ਰੂਰ ਹੋਇਆ, ਕਿਉਂਕਿ ਸਵਾਲ ਕਰਨ ਲੱਗਿਆ ਸੀ 4-5 ਵਾਰੀ ਲੇਟ ਕਿਉਂ ਹੋ ਗਏ? 4-5 ਵਾਰ ਸਾਨੂੰ ਟੈਂਡਰ ਰੀਕਾਲ ਕਰਨਾ ਪਿਆ, ਕਿਉਂਕਿ ਪੰਜਾਬ ਦੇ ਵਿੱਚ, ਸਮੁੱਚੇ ਪੰਜਾਬ ਦੇ ਵਿੱਚ, ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪੈਸਾ ਅਰਬਨ ਮਿਸ਼ਨ ਦੇ ਤਹਿਤ ਖਰਚ ਕੀਤਾ ਗਿਆ ਸ਼ਹਿਰਾਂ ਨੂੰ ਵਿਕਸਿਤ ਕਰਨ ਵਾਸਤੇ। ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ A-class B-class ਜਿਹੜੇ ਸਿਟੀ ਸੀਗੇ, ਉਹਨਾਂ ਦੇ ਵਿੱਚ ਜਿਹੜੇ ਕੰਮ ਜਲਦੀ ਸਟਾਰਟ ਹੋ ਗਏ, ਵੱਡੇ ਕੰਮ ਸੀ। ਜਦੋਂ ਨੂੰ ਗੁਰੂ ਸਾਹਿਬ ਦੀ ਵਾਰੀ ਆਈ, ਉਦੋਂ ਨੂੰ ਠੇਕੇਦਾਰਾਂ ਦੇ ਜਿਹੜਾ ਸੀਗਾ ਕੰਮ ਦਾ, ਉਹਨਾਂ ਦਾ ਜਿੰਨੀ ਕਰਨ ਦੀ ਕਪੈਸਿਟੀ ਸੀ ਉਹ ਪੂਰੀ ਹੋ ਗਈ ਸੀ। ਹੁਣ ਬਹੁਤ ਹੀ ਵਧੀਆ ਜਿਹੜੀ ਕੰਪਨੀ ਹੈ ਬੰਬੇ ਦੀ, ਸ਼ਾਹਪੁਰ ਜੀ, ਉਹਨਾਂ ਨੇ ਆ ਕੇ ਟੈਂਡਰ ਲਿਆ ਸਾਡਾ, ਅਤੇ ਸੀਵਰੇਜ ਦਾ ਕੰਮ ਬਹੁਤ ਤੇਜ਼ੀ ਨਾਲ ਅਤੇ ਗਲੀਆਂ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ, ਅਤੇ ਸਟਰੀਟ ਲਾਈਟਸ ਲੱਗ ਰਹੀਆਂ ਜਿਹੜੀਆਂ। ਮਾਨ ਸਾਹਿਬ, ਗੁਰੂ ਸਾਹਿਬ ਦੀ ਸਿਆਸਤ 'ਤੇ ਨਜ਼ਰ ਮਾਰੀਏ ਤਾਂ ਬਰਾਦਰੀ ਦਾ ਵੋਟ ਉੱਥੇ ਬੜਾ ਪ੍ਰਭਾਵ ਪਾਉਂਦਾ। ਇਲੈਕਸ਼ਨ ਡਿਸਾਈਡ ਜਿਹੜਾ ਬਰਾਦਰੀ ਦਾ ਵੋਟ ਕਰਦਾ, ਚਾਹੇ ਕੰਬੋਜ ਬਰਾਦਰੀ ਹੋਵੇ, ਚਾਹੇ ਰਾਏ ਸਿੱਖ ਬਰਾਦਰੀ ਹੋਵੇ, ਤਾਂ ਮਲਕੀਤ ਸਿੰਘ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ, ਜ਼ਿਆਦਾ ਨੁਕਸਾਨ ਕਿਹਨੂੰ ਕਰ ਰਿਹਾ ਤੁਹਾਡੇ ਮੁਤਾਬਕ? ਜਿੱਥੋਂ ਤੱਕ ਗੁਰੂ ਸਾਹਿਬ ਹਲਕੇ ਦਾ ਸਵਾਲ ਹੈ, ਮੈਂ ਬਰਾਦਰੀਵਾਦ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਗਾ।
ਮੈਂ ਜਿਹੜਾ ਗੁਰੂ ਸਾਹਿਬ ਦੇ ਵਿੱਚ ਸੇਵਾ ਕੀਤੀ ਹੈ ਪਿਛਲੇ 5 ਸਾਲਾਂ ਤੋਂ ਲਗਾਤਾਰ, ਮੈਂ ਗੁਰੂ ਸਾਹਿਬ ਹਲਕੇ ਨੂੰ ਸਮੁੱਚੇ ਨੂੰ ਦੀ ਸੇਵਾ ਕੀਤੀ ਹੈ, ਨਾ ਕਿ ਮੈਂ ਕਿਸੇ ਪਿੰਡ ਦੀ ਜਾਂ ਕਿਸੇ ਬਰਾਦਰੀ ਦੀ ਸੇਵਾ ਕੀਤੀ ਹੈ। ਜਿੱਥੋਂ ਤੱਕਰ ਮਲਕੀਤ ਸਿੰਘ ਦਾ ਸਵਾਲ ਹੈ, ਮਲਕੀਤ ਸਿੰਘ ਜਿਹੜਾ ਪੁਰਾਣਾ ਕਾਂਗਰਸੀ ਹੈ, ਕਾਂਗਰਸ ਦੇ ਵਿੱਚ ਉਹਦੀ ਬੈਕਗਰਾਊਂਡ ਹੈ ਅਤੇ ਕਾਂਗਰਸ ਦਾ ਹੀ ਜ਼ਿਆਦਾ ਜਿਹੜਾ ਉਹ ਨੁਕਸਾਨ ਕਰ ਰਿਹਾ, ਜਿਹੜਾ ਡੈਮੇਜ ਹੈ ਜ਼ਿਆਦਾ ਉਹ ਕਾਂਗਰਸ ਨੂੰ ਕਰ ਰਿਹਾ। ਅਤੇ ਪਰ ਮੇਰੇ ਜਿਹੜਾ ਤੁਸੀਂ ਦੇਖੋਗੇ ਰਿਜ਼ਲਟ ਹੈਰਾਨੀਜਨਕ ਹੋਣਗੇ, ਹਰੇਕ ਪਿੰਡ 'ਚੋਂ, ਹਰੇਕ ਬੂਥ ਦੇ ਉੱਤੋਂ, ਹਰੇਕ ਬਰਾਦਰੀ 'ਚੋਂ ਵੱਡੀ ਲੀਡ ਲੈ ਕੇ ਮੈਂ ਐਤਕੀ ਸੀਟ ਜੇਤੂ ਲੈ ਕੇ ਆਊਂਗਾ। ਮਾਨ ਸਾਹਿਬ, ਲੋਕਾਂ ਦਾ ਕਿਤੇ ਨਾ ਕਿਤੇ ਇਹ ਵੀ ਕਹਿਣਾ ਹੈ ਕਿ ਜਿਹੜੇ ਚੰਦ ਵਿਅਕਤੀ ਤੁਸੀਂ ਇੰਚਾਰਜ ਲਾਏ ਸੀ ਵੱਖ ਵੱਖ ਜ਼ੋਨ ਦੀ ਗੱਲ ਕਰੀਏ, ਉਹਨਾਂ ਦੇ ਨਾਲ ਲੋਕਾਂ ਦੇ ਗਿਲੇ ਨੇ ਕਿ ਤੁਹਾਡੇ ਨਾਮ 'ਤੇ ਜਿਹੜੀ ਜਨਤਾ ਦੇ ਨਾਲ ਧੱਕਾ ਹੋਇਆ। ਅਸੀਂ ਕੋਈ ਇੰਚਾਰਜ ਨਹੀਂ ਲਾਇਆ ਗਾ, ਮੇਰੇ ਦੋਨੋਂ ਬ੍ਰਦਰ ਜਾਂ ਮੇਰੇ ਰਿਸ਼ਤੇਦਾਰ ਜਿਹੜੇ ਹੈਗੇ ਹਲਕੇ ਦੇ ਵਿੱਚ ਵਿਚਰਦੇ ਹੈ, ਕਿਉਂਕਿ ਹਲਕੇ ਦੇ ਵਿੱਚ ਪਿੰਡਾਂ ਦੀ ਗਿਣਤੀ ਤਕਰੀਬਨ 213 ਪੰਚਾਇਤਾਂ, ਮੇਰੇ ਹਲਕੇ ਦੇ ਵਿੱਚ 213 ਪੰਚਾਇਤਾਂ ਹੋਣ ਕਰਕੇ ਇੱਕ ਬੰਦੇ ਨੂੰ ਪੂਰਾ ਹਲਕਾ ਕਵਰ ਕਰਨਾ ਖੁਸ਼ੀ ਗਮੀ ਦੇ ਉੱਤੇ ਜਾਣਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਮੇਰੇ ਬ੍ਰਦਰ ਦੋਨੋਂ ਅਤੇ ਮੇਰੇ ਪਰਿਵਾਰ ਦੇ ਹੋਰ ਮੈਂਬਰ ਜਾਂ ਰਿਸ਼ਤੇਦਾਰ ਉੱਥੇ ਜਾਂਦੇ ਰਹਿੰਦੇ ਆ। ਕਿਸੇ ਤਰ੍ਹਾਂ ਦਾ ਕੋਈ ਇੰਚਾਰਜ ਨਹੀਂ ਲਾਇਆ ਗਾ, ਸਿਰਫ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਸ਼ਾਮਿਲ ਹੋਣ ਵਾਸਤੇ ਉੱਥੇ ਸਾਡੇ ਪਰਿਵਾਰ ਦੇ ਮੈਂਬਰ ਜਾਂਦੇ ਹੈ, ਕੋਈ ਗਿਲਾ ਨਹੀਂ। ਵੱਡੀ ਪੱਧਰ ਦੇ ਉੱਤੇ ਸਾਨੂੰ ਉੱਥੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਅਤੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਤੁਹਾਡੀ। ਤੁਸੀਂ ਆਪਣੇ ਬ੍ਰਦਰ ਦੀ ਗੱਲ ਕੀਤੀ, ਬੌਬੀ ਮਾਨ ਹੋਰਾਂ ਦੇ ਪਿੱਛੇ ਚਰਚਾ ਛਿੜੀ ਸੀ ਕਿ ਉਹ BJP 'ਚ ਸ਼ਾਮਿਲ ਹੋ ਰਹੇ ਨੇ, ਤਾਂ ਉਹ ਸਿਨਾਰੀਓ ਕੀ ਸੀ, ਅਸਲੀਅਤ ਕੀ ਸੀ? ਅਸਲੀਅਤ ਇਹ ਸੀ, ਪਿਛਲੇ ਜਿਹੜੇ 3 ਪਾਰਲੀਮੈਂਟ ਦੇ ਇਲੈਕਸ਼ਨ ਮੇਰੇ ਫਾਦਰ ਸਾਹਿਬ ਲੜੇ ਹੈ, ਉਹ ਬੋਹਰ ਦੇ ਵਿੱਚ ਬੌਬੀ ਜਿਹੜਾ ਬੋਹਰ ਬੱਲੂਆਣਾ ਦੇ ਵਿੱਚ ਇੰਚਾਰਜ ਹੁੰਦਾ ਸੀਗਾ ਜੀ। ਜੋ ਪੁਜੀਸ਼ਨ ਉੱਥੇ ਸੀ, BJP ਕੋਲ ਉੱਥੇ ਕੋਈ ਯੋਗ ਉਮੀਦਵਾਰ ਨਹੀਂ ਸੀਗਾ। ਉਹਨਾਂ ਨੇ ਸਾਨੂੰ ਅਪਰੋਚ ਕੀਤਾ ਸੀਗਾ ਜੀ, ਸਾਡੀ ਫਾਦਰ ਦੁਆਰਾ ਕੀਤੀ ਹੋਈ ਸੇਵਾ ਨੂੰ ਦੇਖਦਿਆਂ ਹੋਇਆਂ, ਸਾਡੇ ਪਰਿਵਾਰ ਦੇ ਦੁਆਰਾ ਕੀਤੀ ਹੋਈ ਲੋਕਾਂ ਦੀ ਸੇਵਾ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਅਪਰੋਚ ਕੀਤਾ ਸੀਗਾ ਕਿ ਉੱਥੇ ਤੁਹਾਡੇ ਪਰਿਵਾਰ ਨੂੰ ਲੋਕ ਚਾਹੁੰਦੇ ਹੈ, ਅਤੇ ਇਸ ਕਰਕੇ ਥੋੜ੍ਹੀ ਜਿਹੀ ਰਿਮਰ ਸੀ। ਪਰ ਅਸੀਂ ਰਿਫਿਊਜ਼ ਕਰਤਾ ਸੀਗਾ ਕਿ ਅਸੀਂ ਇੱਕੋ ਸੀਟ ਦੇ ਉੱਤੇ ਹੀ ਅਸੀਂ ਆਪਦਾ ਕੌਂਸਟਰੇਟ ਕਰਕੇ ਅਸੀਂ ਇਹਨੂੰ ਵੱਡੀ ਲੀਡ ਨਾਲ ਜਿੱਤ ਕੇ ਜਾਵਾਂਗੇ। ਜਿਸ ਤਰ੍ਹਾਂ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਨੇ, ਘੁਬਾਇਆ ਦਾ ਗੁਰੂ ਸਾਹਿਬ ਹਲਕੇ 'ਤੇ ਵੀ ਕਿਤੇ ਨਾ ਕਿਤੇ ਪ੍ਰਭਾਵ ਮੰਨਿਆ ਜਾਂਦਾ, ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਘਾਟਾ ਤੁਹਾਨੂੰ ਪਵੇਗਾ? ਜਿੱਥੋਂ ਤੱਕ ਘੁਬਾਇਆ ਦਾ ਸੰਬੰਧ ਹੈ, ਘੁਬਾਇਆ ਅਜੇ ਤੱਕ ਕਾਂਗਰਸ ਪਾਰਟੀ ਸ਼ਾਮਿਲ ਨਹੀਂ ਹੋਇਆਗਾ ਜੀ। ਅਜੇ ਤੱਕ ਉਹ ਅਕਾਲੀ ਦਲ ਦਾ ਮੈਂਬਰ ਪਾਰਲੀਮੈਂਟ ਹੈ ਅਤੇ ਅਕਾਲੀ ਦਲ ਦੇ ਵਿੱਚ ਹੈ ਜੀ। ਮੈਂ ਉਹਦੀ ਮਦਦ ਕਰਕੇ ਵੱਡੀ ਲੀਡ ਦਵਾ ਕੇ ਉਹਨੂੰ, ਸੈਕਿੰਡ ਜਿਹੜੀ ਲੀਡ ਸੀਗੀ ਕੌਂਸਟੀਚੁਐਂਸੀ ਦੀ ਮੇਰੀ, ਫਸਟ ਜਲਾਲਾਬਾਦ ਦੀ ਸੀਗੀ ਉਹਦੇ ਇਲੈਕਸ਼ਨ ਦੇ ਵਿੱਚ, ਸੈਕਿੰਡ ਮੇਰੀ ਸੀ, 10,000 ਦੀ ਲੀਡ ਦਵਾ ਕੇ ਮੈਂ ਉਹਨੂੰ ਭੇਜਿਆ। ਅਤੇ ਜਿਹੜਾ ਲੋਕ ਹੈ ਗੁਰੂ ਸਾਹਿਬ ਦੇ, ਉਹ ਸ਼੍ਰੋਮਣੀ ਅਕਾਲੀ ਦਲ ਨਾਲ ਹੈ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨਾਲ ਹੈ, ਸਾਹਿਬ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਵਿਕਾਸ ਮੁਖੀ ਸੋਚ ਹੈ ਉਹਦੇ ਨਾਲ ਹੈ, ਕਿਸੇ ਇੰਡੀਵਿਜੁਅਲ ਬੰਦੇ ਨਾਲ ਕੋਈ ਨਹੀਂ ਜੁੜੇ ਕਿ ਪਾਰਟੀ ਦੇ ਨਾਲ ਲੋਕ ਜੁੜੇ ਹੋਏ ਹੈ। ਪਾਰਟੀ ਜਿਹਨੂੰ ਵੀ ਹੁਕਮ ਕਰਦੀ ਹੈ, ਜਿਹਨੂੰ ਵੀ ਉੱਥੋਂ ਸੇਵਾ ਕਰਨ ਦਾ ਮੌਕਾ ਦਿੰਦੀ ਹੈ, ਲੋਕ ਉਹਦਾ ਸਾਥ ਦਿੰਦੇ ਹੈ। ਕਿੰਨੀ ਕੁ ਲੀਡ ਦਾ ਤੁਸੀਂ ਦਾਅਵਾ ਕਰਦੇ ਹੋ ਗੁਰੂ ਹਰ ਸਾਹਿਬ? ਅਸੀਂ 20,000 ਤੋਂ 25,000 ਦੇ ਵਿੱਚ ਜਿਹੜੀ ਸੀਟ ਹੈ ਕਿ ਅਕਾਲੀ ਦਲ ਦੀ ਝੋਲੀ ਦੇ ਵਿੱਚ ਜਿੱਤ ਕੇ ਪਾਵਾਂਗੇ ਅਸੀਂ ਜੀ। ਮਾਨ ਸਾਹਿਬ, ਜਗਬਾਣੀ TV ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।